ਇਹ ਤਸਵੀਰਾਂ ਜਲੰਧਰ ਦੀਆਂ ਨੇ। ਦਰਅਸਲ ਜਲੰਧਰ ਵਿੱਚ ਆਰਮੀ ਦੀ ਭਰਤੀ ਚੱਲ ਰਹੀ ਸੀ, ਜਿਸ ਕਾਰਨ ਵੱਖ ਵੱਖ ਸ਼ਹਿਰਾਂ ਤੋਂ ਤਕਰੀਬਨ 10,000 ਦੇ ਲਗਭਗ ਨੌਜਵਾਨ ਭਰਤੀ ਲਈ ਆਏ ਸਨ। ਪ੍ਰਸ਼ਾਸਨ ਵੱਲੋਂ ਇਹਨਾਂ ਦੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਨੌਜਵਾਨ ਸੜਕਾਂ ਅਤੇ ਚੌਂਕਾਂ ਵਿੱਚ ਰਹਿਣ ਲਈ ਮਜਬੂਰ ਸਨ। ਸਵੇਰੇ ਜਦੋਂ ਭਰਤੀ ਸ਼ੁਰੂ ਹੋਈ ਤਾਂ ਐਂਟਰੀ ਨੂੰ ਲੈ ਕੇ ਹੋਈ ਧੱਕਾ ਮੁੱਕੀ 'ਚ ਲਗਭਗ 20 ਨੌਜਵਾਨਾਂ 'ਤੇ ਦੀਵਾਰ ਡਿੱਗ ਪਈ, ਜਿਸ ਕਾਰਨ ਦੀਵਾਰ 'ਤੇ ਲੱਗੀ ਬਿਜਲੀ ਦੀ ਤਾਰ ਵੀ ਉਹਨਾਂ ਨੌਜਵਾਨਾਂ ਉੱਪਰ ਆ ਡਿੱਗੀ ਅਤੇ ਨੌਜਵਾਨ ਜ਼ਖਮੀ ਹੋ ਗਏ। ਇਹਨਾਂ ਨੌਜਵਾਨਾਂ ਨੂੰ ਇਲਾਜ ਦੇ ਲਈ ਨੇੜੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ 2 ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਨੇ ਪ੍ਰਸ਼ਾਸਨ ਦੇ ਉਚਿਤ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਗੱਲ ਇੱਦਾਂ ਹੋਈ ਸੀ ਜੀ, ਅਸੀਂ ਇੱਧਰ ਖੜ੍ਹੇ ਸੀਗੇ, ਇੱਧਰ ਏਅਰਫੋਰਸ ਵਾਲੇ ਜਿਹੜੇ ਬੰਦੇ ਉਹ ਭਰਤੀ ਕਰਦੇ ਪਏ ਸੀ, ਇੱਧਰੋਂ ਪੁਲਿਸੇ ਵੀ ਬਹੁਤ ਮੁੰਡਿਆਂ ਨੂੰ ਕਹਿ ਰਹੇ ਸੀ ਵੀ ਤੁਸੀਂ ਰੁਕ ਜਾਓ, ਇੰਨਾ ਧੱਕਾ ਮੁੱਕੀ ਨਾ ਹੋਵੋ, ਪਰ ਜੀ ਉੱਪਰ ਕੰਧ ਲੱਗੀ ਨਾਲ ਇੰਨਾ ਕਥਾ ਦਿੰਦੇ ਆ ਦੌੜਨ ਨੂੰ ਵੀ ਤੁਸੀਂ ਰੋਡ 'ਤੇ ਲਾਈਨਾਂ ਬਣਵਾ ਦਿਓ ਇਹਨਾਂ ਦੀਆਂ, ਇਹ ਵਿੱਚ ਹੋ ਗਿਆ ਇਹਨਾਂ ਨੂੰ ਇੰਨੇ ਕਥਾ ਦਿੰਦੇ ਵੀ ਇਕੱਲਾ ਇਕੱਲਾ ਤੁਸੀਂ ਲੰਘੋ। ਇੱਦੀ ਕਰਕੇ ਜੀ ਫਿਰ ਮੁੰਡੇ ਤੱਕ ਉਹ ਕੰਧ ਡਿੱਗੀ ਉੱਧਰ ਨੂੰ, ਸ਼ੁਕਰ ਆ ਕੰਧ ਉੱਧਰ ਨੂੰ ਡਿੱਗੀ, ਜੇ ਇੱਧਰ ਨੂੰ ਡਿੱਗੀ ਹੁੰਦੀ ਮੁੰਡਿਆਂ ਦੀ ਦੱਤ ਵੀ ਹੋ ਸਕਦੀ ਸੀ ਕਿਸੇ ਦੀ। ਅਸੀਂ ਮੁੰਡੇ ਨੂੰ ਹਸਪਤਾਲ ਛੱਡ ਕੇ ਇੱਕ ਮੁੰਡੇ ਤੋਂ ਪਰ ਤਾਰ ਡਿੱਗੀ ਜੀ, ਉਹਦੇ ਦਿਲ ਦੀ ਧੜਕਣ ਰੁਕੀ ਆ, ਹੁਣ ਉਹਨੂੰ ਬਹੁਤ ਔਖਾ ਸਾਹ ਆਉਂਦਾ ਪਿਆ ਵਾ, ਬਹੁਤ ਔਖਾ ਸਾਹ ਲੈਂਦਾ ਉਹ, ਅਤੇ ਨਾਲ ਦੇ ਮੁੰਡੇ ਦਾ ਸਿਰ ਪੜ ਗਿਆ ਜੀ, ਉਹਨੂੰ ਹਸਪਤਾਲ ਛੱਡ ਕੇ ਆਏ। ਹੁਣ ਡਾਕਟਰ ਕਹਿੰਦੇ ਠੀਕ ਆ ਮੁੰਡਾ, ਪਰ ਉਹ ਮੁੰਡਾ ਬਹੁਤ ਸੀਰੀਅਸ ਆ ਜੇ, ਉਹ ਸਿਵਲ ਹਸਪਤਾਲ 'ਚ ਆ ਜੀ, ਉਹਦੀ ਸਿਹਤ ਅਜੇ ਠੀਕ ਨਹੀਂ ਗੀ, ਪਰ ਉਹ ਤਾਂ ਵੀ ਕਹਿੰਦਾ ਤੁਸੀਂ ਮੈਨੂੰ ਛੱਡਤਾ, ਮੇਰੀ ਜਾਨ ਬਚ ਗਈ, ਬਾਕੀ ਦੇਖੋ ਜੀ ਰੱਬ ਦੀ ਮਿਹਰ ਆ, ਠੀਕ ਹੋ ਗਿਆ ਠੀਕ ਆ, ਨਹੀਂ ਤਾਂ ਹੁਣ ਅਗਲੀ ਵਾਰੀ ਇੱਦਾਂ ਹੋਣਾ ਚਾਹੀਦਾ ਵੀ ਭਰਤੀ ਵੀ ਇਹਨਾਂ ਨੂੰ ਰੋਡ 'ਤੇ ਲਾਈਨਾਂ ਬਣਵਾਉਣੀਆਂ ਚਾਹੀਦੀਆਂ ਨੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ। ਪਹਿਲੀ ਗੱਲ ਜੀ ਇਹਨਾਂ ਨੇ ਕਰੰਟ ਨਹੀਂ ਬੰਦ ਕੀਤਾ, ਸ਼ੁਕਰ ਕਰੋ, ਪਹਿਲੀ ਗੱਲ ਕਰੰਟ ਨਹੀਂ ਬੰਦ ਕੀਤਾ ਇਹਨਾਂ ਨੇ, ਜੇ ਕਰੰਟ ਵਾਲੀਆਂ ਤਾਰਾਂ ਮੁੰਡੇ ਤੋਂ ਆਪਾਂ ਡਿੱਗੀਆਂ ਨੇ ਕਿਸੇ ਦੇ ਜੀ, ਅਸੀਂ ਹਸਪਤਾਲ ਜਾ ਕੇ ਆਏ, ਮੁੰਡੇ ਦੇ ਇੱਦਾਂ ਹੱਥ ਪੈ ਨਹੀਂ ਕੰਮ ਕਰਦੇ, ਕਿਸੇ ਦਾ ਸਿਰ ਪੜ ਗਿਆ ਜੀ, ਕਿਸੇ ਨੂੰ ਕੁਛ ਹੋ ਗਿਆ, ਬਸ ਆਹੀ ਆ ਜੀ, ਆਹੀ ਸਰਕਾਰ ਮੂਹਰੇ ਬੇਨਤੀ ਕਰਦੇ ਹਾਂ ਅੱਗੇ ਤੋਂ ਵੀ ਰਹਿਣ ਸਹਿਣ ਦਾ ਇੰਤਜ਼ਾਮ ਜੀ ਕੁਛ ਨਹੀਂ ਕੀਤਾ ਗਿਆ ਇੱਥੇ, ਇਹ ਬਸ ਇੱਦੀ ਲਾਈਨਾਂ ਹੁਣ ਰਾਤ ਦੇ ਮੁੰਡੇ ਭੁੱਖੇ ਪਿਆਸੇ ਆਏ ਹੋਏ ਆ, ਇੱਥੇ ਕੋਈ ਪਾਣੀ ਦਾ ਕੋਈ ਚਾਹ ਦਾ ਕੁਛ ਨਹੀਂ ਅਰੇਂਜਮੈਂਟ ਜੀ, ਮੁੰਡੇ ਆਪਣੇ ਘਰੋਂ ਖਾ ਕੇ ਆਏ, ਕੋਈ ਕੱਲ੍ਹ ਤਾਂ ਕੋਈ ਪਰਸੋਂ ਦਾ ਆਇਆ ਹੋਇਆ ਵਾ, ਕੋਈ ਸਾਰੇ ਜੀ ਹੁਣ ਦੇਖੋ ਅਗਲੇ ਮਾਂ ਪਿਓ ਸੋਚਦੇ ਹੋਣਗੇ ਵੀ ਆਪਣੇ ਅਸੀਂ ਮੁੰਡਿਆਂ ਨੂੰ ਭਰਤੀ ਕਰਨ ਭੇਜਿਆ ਸੀ, ਸਾਡੇ ਮੁੰਡੇ ਉੱਥੇ ਕੀ ਕਰਕੇ ਆਏ ਨੇ। ਕਈਆਂ ਦੀ ਦੇਖੋ ਜੀ, ਅਸੀਂ ਮੁੰਡੇ ਨੂੰ ਹੱਥ ਵਾਲਾ ਛੱਡ ਕੇ ਆਏ, ਉਹ 'ਚ ਮੂੰਹ ਵਾ, ਉਹਦੇ ਮੂੰਹ ਨਾਲ ਉਹਨੂੰ ਸਾਹ ਦਿੱਤਾ ਸੀ, ਉਹਦੇ ਹੱਥ ਪੈਰ ਕੰਮ ਕਰਨੇ ਬੰਦ ਹੋ ਗਏ, ਉਹਦਾ ਮੂੰਹ ਵੀ ਬੰਦ ਹੋ ਗਿਆ, ਉਹਨੂੰ ਅਸੀਂ ਮਸਾਂ ਹੱਥ ਵਾਲਾ ਛੱਡ ਕੇ ਆਏ ਹਾਂ। ਹਾਂਜੀ, ਅਸੀਂ ਇੱਥੇ ਆਏ ਸੀਗੇ ਨੇ ਆਪਣੇ ਮੁੰਡੇ ਨੂੰ ਭਰਤੀ ਦਿਖਾਉਣ ਵਾਸਤੇ, ਅਤੇ ਇੱਥੇ ਜਦੋਂ ਸਿੰਗਲ ਲਾਈਨ 'ਚ ਬੱਚੇ ਲੱਗੇ ਸੀਗੇ, ਉੱਧਰੋਂ ਜਿਹੜੇ ਬਾਹਰੋਂ ਬੱਚੇ ਆਏ ਉਹ ਆ ਕੇ ਸਾਰੇ ਇੱਥੇ ਇੱਕ ਪਾਸੇ ਇਕੱਠੇ ਹੋ ਗਏ, ਅਤੇ ਜਦੋਂ ਪੁਲਿਸ ਵਾਲੇ ਨੇ ਉਹਨਾਂ ਨੂੰ ਉੱਧਰੋਂ ਡੰਡੇ ਮਾਰਨੇ ਸ਼ੁਰੂ ਕੀਤੇ ਤਾਂ ਸਾਰਾ ਪ੍ਰੈਸ਼ਰ ਕੰਧ 'ਤੇ ਪਿਆ ਇੱਧਰ ਨੂੰ, ਇਸ ਕਰਕੇ ਕੰਧ ਡਿੱਗੀ ਆ। ਸੁੰਦਰ ਸਿੰਘ, ਹਾਂਜੀ, ਬੱਚਿਆਂ ਦੇ ਰਹਿਣ ਸਹਿਣ ਦਾ ਕੀ ਇੰਤਜ਼ਾਮ? ਕੁਛ ਨਹੀਂ ਸੀਗਾ ਇੱਥੇ, ਉਹਨ ਬੰਦੋਬਸਤ ਸੀਗਾ ਆਪਣਾ ਆਪਣਾ। ਤੁਸੀਂ ਕਦੋਂ ਦੇ ਆਏ ਇੱਥੇ? ਅਸੀਂ ਤਾਂ ਰਾਤ ਆਏ ਸੀਗੇ ਇੱਥੇ, ਰਾਤ ਦਾ ਇੰਤਜ਼ਾਮ, ਰਾਤ ਅਸੀਂ ਸਟੇਸ਼ਨ 'ਤੇ ਰੁਕੇ ਸੀ।